ਪੂਲ ਸਪਰਸ਼ਾ ਸ਼ਾਨ ਮਰਦਾਬਾਦ ਮਰਦਾਬਾਦ ਗੁਰਦਾਬਾਦ ਕਾਤਲ ਦੀ ਪਹਿਲੀ ਵਿਜਣ ਆਏ ਪੁਲਿਸ ਵਾਲੇ ਅਤੇ ਰਿਸ਼ਤੇਦਾਰ ਸਿਕਿਉਰਿਟੀ ਦੇ ਲਈ ਨਾਲ ਪੁਲਿਸ ਵੀ ਦਿਖ ਰਹੀ ਹੋਵੇਗੀ ਮ੍ਰਿਤਕ ਦੇ ਪਰਿਵਾਰ ਨੇ ਦੋਹਾਂ ਨੂੰ ਪਾਇਆ ਘੇਰਾ ਮੌਕੇ ਤੇ ਮਾਹੌਲ ਹੋਇਆ ਗਰਮ ਪੁਲਿਸ ਤੇ ਕਾਤਲਾਂ ਦੇ ਪੱਖ ਪੂਰਨ ਦੇ ਇਲਜ਼ਾਮ ਤਾਂ ਤਰੰਦਾਰਾਂ ਦੇ ਪਿੰਡ ਪੋਝੀਆਂ ਦੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਦਾ ਬੀਤੇ ਮਹੀਨੇ ਘਰ ਦੀ ਕੰਧ ਦੇ ਮਾਮਲੀ ਝਗੜੇ ਨੂੰ ਲੈ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਥਾਣਾ ਝਬਾਲ ਪੁਲਿਸ ਦੇ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ 6 ਲੋਕਾਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਜਦਕਿ ਬਾਕੀ ਵਿਅਕਤੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਨੇ ਉਕਤ ਕਤਲ ਕੇਸ ਦੇ ਨਾਲ ਸੰਬੰਧਿਤ ਲੋਕਾਂ ਵੱਲੋਂ ਪੁਲਿਸ ਦੀ ਮਦਦ ਨਾਲ ਆਪਣੇ ਖੇਤਾਂ ਦੇ ਵਿੱਚ ਕਣਕ ਦੀ ਬਿਜਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਕਣਕ ਦੀ ਬਿਜਾਈ ਕਰਨ ਦਾ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਣ ਤੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਇਸ ਕਣਕ ਦੀ ਬਿਜਾਈ ਨੂੰ ਥਾਹੇ ਰੋਕ ਦਿੱਤਾ ਗਿਆ ਪੁਲਿਸ ਪਾਰਟੀ ਅਤੇ ਕਣਕ ਬੀਜਣਾਂ ਕਾਤਲ ਦੇ ਰਿਸ਼ਤੇਦਾਰਾਂ ਨੂੰ ਘੇਰਾ ਪਾਇਆ ਗਿਆ ਅਤੇ ਕਥਿਤ ਤੌਰ ਤੇ ਪੁਲਿਸ ਅਤੇ ਉਹਨਾਂ ਲੋਕਾਂ ਨੂੰ ਬੰਦਕ ਬਣਾ ਲਿਆ ਗਿਆ ਪੁਲਿਸ ਪਾਰਟੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਣਕ ਦੀ ਬਿਜਾਈ ਕਰਨ ਤੋਂ ਰੋਕ ਕੇ ਜਾਣ ਤੇ ਦੋਵੇਂ ਧਿਰਾਂ ਵਿਚਕਾਰ ਬਹਿਸਬਾਜ਼ੀ ਵੀ ਹੋਈ ਜਿਸ ਕਰਕੇ ਤਣਾਅਪੂਰਨ ਮਾਹੌਲ ਬਣ ਗਿਆ ਹਾਲਾਤ ਵਿਗੜਦੇ ਦੇਖਦੇ ਆ ਥਾਣਾ ਚਭਾਲ ਦੇ ਮੁਖੀ ਇੰਸਪੈਕਟਰ ਵੀ ਮੌਕੇ ਤੇ ਪਹੁੰਚੇ ਉਹਨਾਂ ਨੇ ਸਾਰਾ ਮਾਮਲਾ ਸ਼ਾਂਤ ਕਰਾਇਆ ਅਤੇ ਜਿਹੜੇ ਲੋਕ ਬਿਜਾਈ ਕਰਨ ਆਏ ਸੀ ਕਾਤਲ ਦੀ ਜ਼ਮੀਨ ਦੀ ਉਹਨਾਂ ਦੇ ਸੰਦ ਅਤੇ ਟਰੈਕਟਰ ਕਬਜ਼ੇ ਦੇ ਵਿੱਚ ਲੈ ਲਏ ਗਏ ਨੇ ਆਓ ਮੌਕੇ ਤੇ ਖੜੇ ਲੋਕ ਚਸ਼ਮਦੀਦ ਅਤੇ ਮ੍ਰਿਤਕ ਦੀ ਭੈਣ ਦਾ ਇਸ ਉੱਪਰ ਕੀ ਬਿਆਨ ਹੈ ਜਾਣਦੇ ਹਾਂ ਮੇਰਾ ਨਾਮ ਜਸਪ੍ਰੀਤ ਕੌਰ ਆ ਜਿਹੜਾ 28 ਤਰੀਕ ਨੂੰ ਕਤਲ ਹੋਇਆ ਗੁਰਪ੍ਰੀਤ ਸਿੰਘ ਦਾ ਮੈਂ ਉਹਦੀ ਭੈਣ ਆ। ਹਾਂਜੀ ਇੱਥੇ ਨਾ ਵੀ ਇਹ ਮਸਲਾ ਇਹ ਆ ਵੀ ਕਤਲ ਅਜੇ ਕਤਲ ਹੋਏ ਨੂੰ 1 ਮਹੀਨਾ ਹੋ ਗਿਆ ਵਾ। ਅਜੇ ਤੱਕ ਪੁਲਿਸ ਵਾਲਿਆਂ ਨੇ ਕੋਈ ਐਕਸ਼ਨ ਨਹੀਂ ਗਾ ਲਿਆ। ਤੇ ਇਹ ਹੁਣ ਉਹਨਾਂ ਦੀ ਪਹਿਲੀ ਬੀਜਣ ਆਏ ਆ। ਆ ਜਿੰਨੇ ਵੀ ਗੱਡੀਆਂ ਆਈਆਂ ਪੁਲਿਸ ਆਈਏ ਸਾਰੇ ਜਣੇ ਉਹਨਾਂ ਦੀ ਪਹਿਲੀ ਬੀਜਣੇ ਆਏ ਆ। 1 ਮਹੀਨਾ ਹੋ ਗਿਆ ਸਾਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਗਾ ਦਿੱਤਾ ਇਹਨਾਂ ਨੇ। ਪਹਿਲੀ ਕਿੰਨਾਂ ਦੀ ਆ ਜੀ? ਇਹ ਬਲੈਂਸਿੰਗ ਬਲਵੰਤ ਸਿੰਘ ਦੀ ਇਹ ਕੋਣ ਬੰਦੇ ਨੇ ਜਿੰਨਾ ਜਿੰਨਾਂ ਦੀ ਪਹਿਲੀ ਹੈ ਇਹ ਜਿੰਨਾਂ ਨੇ ਕਤਲ ਕੀਤਾ ਉਹਨਾਂ ਦੇ ਨਾਲ ਦੇ ਬੰਦੇ ਨੇ ਉਹ ਹੀ ਬੰਦੇ ਨੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਫੇ ਤੁਸੀਂ ਉਹ ਗੱਡੀਆਂ ਕਿਉਂ ਕਿ ਰੀਜਨ ਕੀ ਗੱਡੀਆਂ ਘੇਰਉਂਦਾ ਸਾਡਾ ਅਜੇ ਟਿੱਕਰ ਕੋਈ ਸੁਣਵਾਈ ਨਹੀਂ ਹੋਣ ਡਈ ਪੁਲਿਸ ਸਾਡੀ ਸੁਣਵਾਈ ਨਹੀਂ ਕਰਨ ਡਈ ਕੋਈ ਪ੍ਰਸ਼ਾਸਨ ਸਾਡੀ ਸੁਣਵਾਈ ਨਹੀਂ ਕਰਣ ਡਿਆ ਅਹੀਂ ਗੱਡੀਆਂ ਨਾਲ ਘੇਰੀਏ ਤੇ ਹੋਰ ਅਹੀਂ ਕੀ ਕਰੀ ਅਹੀਂ ਇਹੋ ਹੀ ਕਰ ਸਕਦੇ ਆ ਬੰਦਾ ਨਹੀਂ ਫੜਨ ਡਿਆ ਜੇ ਟਿੱਕਰ ਇੱਕ ਬੰਦਾ ਸਿਰਫ ਫੜਿਆ ਵਾ ਉਦੋਂ ਦਾ ਫੇਰ ਅਹੀਂ ਸਸਕਾਰ ਕੀਤਾ ਸੀ ਮੇਰੇ ਭਰਾ ਦਾ ਫੇਰ ਸਸਕਾਰ ਹੋਇਆ ਸੀ ਹੁਣ ਉਹਨਾਂ ਨੇ ਕੋਈ ਇੱਕ ਬੰਦਾ ਨਹੀਂ ਫੜਿਆ ਸਾਨੂੰ ਉਹਨਾਂ ਨੇ ਟਾਈਮ ਦਿੱਤਾ ਸੀ ਵੀ ਇੰਨੇ ਟਾਈਮ ਦੇ ਵਿੱਚ ਅਹੀਂ ਬੰਦੇ ਫੜਾਂਗੇ ਤੁਸੀਂ ਜਾ ਕੇ ਆਪਣੇ ਬੱਚੇ ਦਾ ਸਸਕਾਰ ਕਰ ਦੋ ਅਹੀਂ ਸਸਕਾਰ ਕਰ ਦਿੱਤਾ 27 27 ਤਰੀਕ ਦੇ ਉਦੋਂ ਤੇ ਅਟੈਕ ਅਸੀਂ 28 ਤਰੀਕ ਨੂੰ ਉਹਦਾ ਕਤਲ ਹੋ ਗਿਆ ਸੀ ਵੀ ਉਹ ਵੀ ਇਸ ਤਰ੍ਹਾਂ ਪੂਰਾ ਹੋ ਗਿਆ ਸੀ ਅਜੇ ਤੱਕ ਸਾਡੀ ਕੋਈ ਕਿਤੇ ਸੁਣਵਾਈ ਨਹੀਂ ਜੇ ਹੋਣ ਨਹੀਂ ਪੁਲਿਸ ਵਾਲਿਆਂ ਦੇ ਅੱਗੇ ਵੀ ਹੱਥ ਜੋੜ ਲਏ ਆ ਅਸੀਂ ਸਾਰਿਆਂ ਦੇ ਅੱਗੇ ਹੱਥ ਜੋੜ ਲਏ ਆ ਹੁਣੇ ਆ ਕੇ ਇੱਥੇ ਦੂਸਰਾ ਕਣਕਾਂ ਵੀ ਜੰਡੇ ਆ ਕੇ ਸਾਡਾ ਬੱਚਾ ਚਲੇ ਗਿਆ ਇਹਨਾਂ ਨੂੰ ਫਸਲਾਂ ਦੀ ਅੱਗ ਲੱਗੀ ਆ ਪੁਲਿਸ ਤੇ ਕਹਿੰਦੀ ਤੁਹਾਡੀ ਮਦਦ ਲਈ ਆਏ ਆ ਸਾਡੀ ਮਦਦ ਵਾਸਤੇ ਪੁਲਿਸ ਆਈ ਆ ਅਸੀਂ 10 ਵਜੇ ਰਾਤ ਨੂੰ ਫੋਨ ਕਰਦੇ ਆ ਅਗਲੇ ਦਿਨ 10 ਵਜੇ ਪੁਲਿਸ ਆਉਂਦੀ ਆ ਸਾਡੀ ਮਦਦ ਵਾਸਤੇ ਨਹੀਂ ਆਏ ਇਹਨਾਂ ਦੀ ਮਦਦ ਵਾਸਤੇ ਆਏ ਆ ਸਾਡੀ ਮਦਦ ਵਾਸਤੇ ਨਹੀਂ ਆਇਆ ਕੋਈ ਜੇ ਹਾਡੀ ਮਦਰ ਵਾਸਤੇ ਇਹ ਆਉਂਦੇ ਤੇ 1 ਮਹੀਨਾ ਹੋ ਗਿਆ ਇਹ ਉਹਨਾਂ ਨੂੰ ਫੜਦੇ ਨਾ ਕਾਤਲਾ ਨੂੰ ਕਿਉਂ ਨਹੀਂ ਫੜਿਆ ਇਹਨਾਂ ਨੇ ਘਰੋਂ ਮੇਰੀ ਘਰਸ ਨੂੰ ਦਿਨ ਦਿਹਾੜੇ ਉਹ ਆਉਂਦੇ ਆ ਘਰੋਂ ਸਮਾਨ ਖੜ ਕੇ 4 ਗੱਡੀਆਂ ਆਉਂਦੀਆਂ ਵਾ ਉਹਨਾਂ ਦੇ ਕੱਪੜੇ ਪੈਕ ਕਰਕੇ ਅਟੈਚੀਆਂ ਦੇ ਵਿੱਚ ਲੈ ਕੇ ਜਾਂਦੇ ਜੀ ਅਸੀਂ ਅੱਖਾਂ ਨਾਲ ਵੇਹਨੇ ਆ ਅਸੀਂ ਪੁਲਿਸ ਵਾਲਿਆਂ ਨੂੰ ਸੱਦਦੇ ਆ ਪੁਲਿਸ ਵਾਲੇ ਜਾਂ ਤੇ ਅੱਗੋਂ ਫੋਨ ਨਹੀਂ ਕਿ ਚੁੱਕਦੇ ਤੇ ਜੇ ਫੋਨ ਚੁੱਕ ਵੀ ਲੈਂਦੇ ਜੇ ਕਦੀ ਟਾਈਮ ਸਟੇਰ ਨਹੀਂ ਆਉਂਦੇ ਜਦੋਂ ਚਲੇ ਜਾਂਦੇ ਆ ਫੇਰ ਪੁਲਿਸ ਵਾਲੇ ਆਉਂਦੇ ਜੀ ਉਹ ਬੰਦੇ ਸ਼ਰੇਆਮ ਖੁੱਲੇ ਪਏ ਹਾਂ ਹਾਂਜੀ ਸ਼ਰੇਆਮ ਘੁੰਮਣ ਦੇ ਆ ਵੇਖੋ ਸ਼ਰੇਆਮ ਵੇਖੋ ਆਏ ਅਸੀਂ ਤੁਹਾਨੂੰ ਵਿਖਾਉਣਾ ਚਾਹੁੰਨੇ ਸ਼ਰੇਆਮ ਹਥਿਆਰਾਂ ਦੇ ਨਾਲ ਆਉਣ ਡੇ ਜੇ ਟਰੈਕਟਰਾਂ ਦੇ ਭਾਏ ਟਰੈਕਟਰ ਲੈ ਕੇ ਆਉਣ ਡੇ ਜੇ ਆਹ ਦੇਖ ਲਓ ਜਾ ਕੇ ਕਿੰਨਾ ਜਿਹੜਾ ਡੱਟ ਬੰਨੀ ਹੈ ਇਸ ਤਰ੍ਹਾਂ ਰਹੂਗਾ ਕਿਸ ਤਰ੍ਹਾਂ ਤੱਕਰਾਓ ਕਿੰਨਾ ਚਿਰ ਰਹੂਗਾ ਡੱਟਾ ਜਿੱਨਾਂ ਚ ਸਾਨੂੰ ਆਣ ਕੇ ਕੋਈ ਇਨਸਾਫ ਜਾਂ ਬੰਦੇ ਆ ਗ੍ਰਿਫਤਾਰ ਨਹੀਂ ਕਰਦੇ ਜਿੰਨੇ ਚਿਰ ਤਾਈ ਤੁਸੀਂ ਵੀ ਉਹਨਾਂ ਨੂੰ ਕਹੇ ਦਿਓ ਕਿ ਜਿੰਨੇ ਚਿਰ ਤਾਈ ਬੰਦੇ ਨਹੀਂ ਗ੍ਰਿਫਤਾਰ ਕਰਦੇ ਅਸੀਂ ਇੱਥੇ ਉਹਨੇ ਚਿਰ ਤਾਈ ਬਹਿਣਾ ਜੇ ਭਾਵੇਂ ਸਾਨੂੰ ਅਡਾਸ ਦੇਣ ਬਹਿਣਾ ਪਵੇ ਅਸੀਂ ਬਹਿਣਾ ਜੀ ਪਰਮਜੀਤ ਸਿੰਘ ਜੀ ਕੀ ਮਸਲਾ ਗੱਈਏ ਸਾਰਾ ਇਹ ਮਸਲਾ ਜੀ ਇਹ ਜਿਹੜਾ 28 ਤਰੀਕ ਨੂੰ ਗੁਰਪ੍ਰੀਤ ਸਿੰਘ ਦਾ ਕੇਸ ਮਸਲਾ ਹੋਇਆ ਜੀ ਉਹਦੇ ਵਿੱਚ ਮਸਲਾ ਜੀ ਹੈ ਤੇ ਉਹ ਜਿਹੜਾ ਵਾ ਉਹਦੇ ਵਿੱਚ ਬੰਦੇ ਨਹੀਂ ਗ੍ਰਿਫਤਾਰ ਕਰਨ ਲਈ ਪੁਲਿਸ ਨੂੰ ਅਸੀਂ ਬੜੀ ਵਾਰ ਜਾ ਕੇ ਚਿੱਠੀਆਂ ਵੀ ਕੱਢੀਆਂ ਵਾ ਡੀਆਈ ਨੂੰ ਕੱਢੀ ਆ ਆਈਜੀ ਨੂੰ ਕੱਢੀ ਆ ਡਿਪਟੀ ਸਾਹਿਬ ਨੂੰ ਕੱਢੀ ਆ ਇਹ ਐਸਐਸਪੀ ਨੂੰ ਕੱਢੀ ਆ ਭਗਵੰਤ ਮਾਨ ਨੂੰ ਕੱਢੀ ਆ ਕੋਈ ਇਹਦੀ ਸੁਣਵਾਈ ਨਹੀਂ ਹੋਈ ਜੀ ਫਿਰ ਵੀ ਇੱਥੇ ਆ ਕੇ ਬਹਿਨ ਦਾ ਇੱਕ ਇਹਦੇ ਬਾਪ ਜੂ ਵੀ ਇਹ ਕਣਕ ਬੀਜੰਦਾ ਇਹ ਅਸੀਂ ਨਾ ਪੁਲਿਸ ਨੂੰ ਬੜੀ ਯਾਰ ਕੀਤਾ ਵੀ ਤੁਸੀਂ ਆਣ ਕੇ ਇਹਨਾਂ ਰੋਕੋ ਜੇ ਪੁਲਿਸ ਨੂੰ ਘਲਾਉਣੇ ਤੇ ਪੁਲਿਸ ਜਾ ਕੇ ਉੱਥੋਂ ਹੋ ਕੇ ਮੋੜ ਆਉਂਦੀ ਆ ਤੇ ਹੁਣ ਅਸੀਂ ਐਸਐਚਓ ਨੂੰ ਉੱਥੇ ਗੱਡੀ ਪਹਿਲਾਂ ਪੁਲਿਸ ਦੀ ਘੇਰੀ ਸੀ ਐਸਆਈ ਦੀ ਮੁੜ ਕੇ ਐਸਐਚਓ ਦਾ ਮੈਂ ਆਪ ਆਉਣਾ ਐਸਐਚਓ ਆਇਆ ਤੇ ਐਸਐਚਓ ਦੀ ਗੱਡੀ ਘੇਰੀ ਆ ਜਿੰਨਾ ਚਿਰ ਬੰਦਿਆਂ ਨੂੰ ਇਹ ਗ੍ਰਿਫਤਾਰ ਨਹੀਂ ਕਰਦੇ ਉਹਨਾਂ ਚਿਰ ਇਹ ਸਾਡਾ ਧਰਨਾ ਜਾਰੀ ਰਹੂਗਾ ਕਣਕ ਕੌਣ ਬੀਜੰਦਾ ਇਹ ਕਣਕ ਬੀਜੰਦਾ ਇਹਨਾਂ ਰਿਸ਼ਤੇਦਾਰ ਬੀਜੰਦੇ ਬਲਵੰਤ ਸਿੰਘ ਗਜਨ ਸਿੰਘ ਜਿਹੜੇ ਦੋਸ਼ੀ ਬ ਇਹ ਜਿਹੜਾ ਬੁਲੰਸ ਸਿੰਘ ਦੇ ਕੋਹ ਹੋ ਹੈਗੇ ਸਾਲੇ ਆ ਸਾਲੇ ਦੇ ਪੋਤੇ ਆ ਕੋਈ ਕੋਹੀ ਤੇ ਕੁੜਮ ਆ ਇਹ ਸਾਰੇ ਰਿਸ਼ਤੇਦਾਰ ਹੀ ਹਨ ਦੇ ਇਹਨਾਂ ਨੂੰ ਪਤਾ ਵੀਗਾ ਦੋਸ਼ੀ ਕਿੱਥੇ ਬੈਠੇ ਨੇ ਆਪ ਭਾਏ ਜਿੱਥੇ ਫੜ ਕੇ ਇਹਨਾਂ ਨੂੰ ਕਾਬੂ ਕਰ ਸਕਦੇ ਜੇ ਨਾ ਕਿ ਉਹ ਜੀ ਦੇ ਵਿੱਚ ਪੂਜੀਆਂ ਮਹੀਨਾ ਪਹਿਲਾਂ ਕਤਲ ਹੋਇਆ ਸੀ ਜਿਸ ਦੇ ਪਛੇਤ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਇੱਕ ਦੀ ਗ੍ਰਿਫਤਾਰੀ ਹੋ ਚੁੱਕੀ ਪੰਜ ਜਿਹੜੇ ਪਕੋੜੇ ਨੇ ਤੇ ਇਸ ਤੋਂ ਇਲਾਵਾ ਸਾਡੇ ਕੋਲ ਵਗਲ-ਵਗਲ ਉਹਨਾਂ ਦੇ ਰਿਸ਼ਤੇਦਾਰੀਆਂ ਵਿੱਚ ਜਿਹੜੀਆਂ ਰੀਡਾਂ ਕੀਤੀਆਂ ਗਈਆਂ ਪਰ ਉੱਥੇ ਨਹੀਂ ਹਾਜ਼ਰ ਮਿਲੇ ਤੇ ਅੱਜ ਇਹਨਾਂ ਨੂੰ ਸਾਨੂੰ ਫੋਨ ਆਇਆ ਸੀ ਉਹਨਾਂ ਦਾ ਵੀ ਕੋਈ ਪੈੜੀ ਬੀਜਨ ਆਇਆ ਤੇ ਅਸੀਂ ਇੱਥੇ ਜਿਹੜੇ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਦੇਖਿਆ ਜਿਹੜੇ ਦੋ ਤਿੰਨ ਡਾਇਰੈਕਟਰ ਸੀ ਉਹਨਾਂ ਨੂੰ ਅਸੀਂ ਲਿਖ ਲਿਆ ਉਹਨਾਂ ਦਾ ਪਤਾ ਕਰਨ ਵਾਸਤੇ ਵੀ ਇਹ ਮਤਲਬ ਕਿਹਦੇ ਕਹਿੰਦੇ ਆ ਕੋਈ ਇਹ ਇਹ ਹੀ ਗਲਤ ਨਹੀਂ ਉਹ ਇਹਨਾਂ ਦਾ ਕਹਿਣਾ ਕਿ ਪੁਲਤੀ ਕਨਕ ਬਜੋਨ ਆਈ ਹੈ ਕਿ ਉਧਰ ਨਹੀਂ ਜੀ ਨਹੀਂ ਸਾਨੂੰ ਤੇ ਇਹਨਾਂ ਨੇ ਕਾਲ ਕੀਤੀ ਜੀ ਅਸੀਂ ਤਾਂ ਆਏ ਇੱਥੇ ਠੀਕ ਤੇ ਕੋਈ ਜੇ ਮਰ ਕੇ ਬੰਦੇ ਜਿਹੜੇ ਆ ਉਹਨਾਂ ਨੂੰ ਕੋਈ ਇਨਕੁਆਰੀ ਲੱਗੀ ਆ ਜਾਂ ਕਿ ਵੈਸੇ ਪਗੋੜੇ ਆਗੇ ਨਹੀਂ ਨਹੀਂ ਪਗੋੜੇ ਆ ਜੀ ਇਨਕੁਆਰੀ ਕੋਈ ਨਹੀਂ ਲੱਗੀ ਜੀ ਪਗੋੜੇ ਆ ਠੀਕ ਹੈ ਹਾਂਜੀ ਤੇ ਕੋਈ ਉਹ ਇਹਨਾਂ ਦਾ ਦੋਸ਼ ਹੀ ਹੈਗਾ ਕਿ ਜੇ ਦੂਸਰੀ ਪਤਰਬਾਈ ਉਹਨਾਂ ਕੋਈ ਇਥਿਆਰ ਵਗੈਰਾ ਹੈਗਾ ਜਾਂ ਕੋਈ ਨਹੀਂ ਜੀ ਇਹਨਾਂ ਦੇ ਨਾਲ ਖੜਕੇ ਅਸੀਂ ਸਰਚ ਕਰਾਤੀ ਆ ਸਾਰੀਆਂ ਗੱਡੀਆਂ ਦੀ ਸਰਚ ਕਰਾਤੀ ਆ ਕਿਸੇ ਗੱਡੀ ਕੁਛ ਨਹੀਂ ਆ ਤੁਸੀਂ ਵੀ ਚੈੱਕ ਕਰ ਸਕਦੇ ਕਿ ਇਹ ਗੱਡੀ ਕੋਈ ਨਹੀਂ ਹੈ